ਅਤੇ ਇਸ ਤਰ੍ਹਾਂ ਜੀ ਇੱਕ ਡੋਨਟ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ। ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਾਲੀਦਾਰ ਇਹਨਾਂ ਦਾ ਟੈਕਸਚਰ ਬਣਿਆ ਹੈਗਾ, ਉਹ ਵੀ ਬਿਨਾਂ ਆਂਡੇ ਤੋਂ ਅਤੇ ਬਿਨਾਂ ਈਸਟ ਤੋਂ, ਅਤੇ ਬਿਲਕੁਲ ਆਪਾਂ ਆਸਾਨ ਤਰੀਕੇ ਨਾਲ ਬਿਨਾਂ ਅਵਨ ਤੋਂ ਇਹ ਘਰ ਦੇ ਵਿੱਚ ਬਣਾਏ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਟੇਸਟੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਹੈਗੀ ਹੈ ਡੋਨਟ ਦੀ ਰੈਸਪੀ। ਡੋਨਟ ਬਣਾਉਣੇ ਘਰ ਦੇ ਵਿੱਚ ਬਹੁਤ ਹੀ ਆਸਾਨ ਹੈ ਅਤੇ ਆਪਾਂ ਨਾ ਬਿਨਾਂ ਈਸਟ ਤੋਂ ਬਿਨਾਂ ਅੰਡੇ ਤੋਂ ਬਣਾ ਕੇ ਤਿਆਰ ਕਰਾਂਗੇ ਅਤੇ ਸਭ ਤੋਂ ਵਧੀਆ ਗੱਲ ਵੀ ਬਿਨਾਂ ਅਵਨ ਤੋਂ ਬਣਾਵਾਂਗੇ। ਬੱਚਿਆਂ ਨੂੰ ਤਾਂ ਪਸੰਦ ਹੁੰਦੇ ਹੀ ਹੁੰਦੇ ਆ, ਆਪਾਂ ਨੂੰ ਵੀ ਵੱਡਿਆਂ ਨੂੰ ਸਭ ਨੂੰ ਪਸੰਦ ਆਉਂਦੀ ਹੈ ਇਹ ਰੈਸਪੀ। ਅਤੇ ਚਲੋ ਜੀ ਫਿਰ ਇਸ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਂਦੇ ਹਾਂ ਵੀ ਆਪਾਂ ਕਿਵੇਂ ਇਹਨਾਂ ਨੂੰ ਘਰ ਦੇ ਵਿੱਚ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਟੇਸਟੀ ਜਿਹੇ ਤਿਆਰ ਕਰ ਸਕਦੇ ਹਾਂ ਅਤੇ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ। ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ, ਵੀਡੀਓ ਨੂੰ ਪੂਰਾ ਦੇਖਿਓ। ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਪਸੰਦ ਆਈ ਤੁਸੀਂ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਅਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਸਭ ਤੋਂ ਪਹਿਲਾਂ ਜੀ ਆਪਣੇ ਕੋਲ ਇੱਥੇ ਹੈਗਾ ਖੁੱਲ੍ਹਾ ਬਰਤਨ ਅਤੇ ਕੋਈ ਵੀ ਕੱਪ ਜਾਂ ਕੌਲੀ ਘਰ ਦੇ ਵਿੱਚੋਂ ਆਪਾਂ ਸੈੱਟ ਕਰ ਲੈਣੀ ਹੈ। ਉਹਦੇ ਨਾਲ ਮੈਦਾ ਆਪਾਂ ਨਾਪ ਕੇ ਐਡ ਕਰਨਾ, ਬਿਲਕੁਲ ਇਸ ਤਰੀਕੇ ਨਾਲ ਲੈਵਲ ਕਰ ਲੈਣਾ ਤੁਸੀਂ ਕਿਉਂਕਿ ਸਮਾਨ ਬਹੁਤ ਜ਼ਰੂਰੀ ਹੈ ਨਾਪ ਕੇ ਐਡ ਕਰਨਾ। ਅਤੇ ਇਹ 1.5 ਕੱਪ ਆਪਾਂ ਮੈਦੇ ਦਾ ਐਡ ਕਰਾਂਗੇ ਅਤੇ ਮੈਦੇ ਨੂੰ ਛਾਨਣਾ ਗਾ ਅਤੇ ਆਪਾਂ ਨਾ ਚਾਹ ਪੁਲਣੀ ਦੀ ਮਦਦ ਨਾਲ ਮੈਦੇ ਨੂੰ ਥੋੜ੍ਹਾ ਥੋੜ੍ਹਾ ਕਰਕੇ ਛਾਣ ਲਾਂਗੇ। ਜਿਹੜੀਆਂ ਵੀ ਡਰਾਈ ਚੀਜ਼ਾਂ ਆਪਾਂ ਐਡ ਕਰਾਂਗੇ ਸਾਰੀਆਂ ਛਾਣ ਕੇ ਐਡ ਕਰਾਂਗੇ। ਤੁਸੀਂ ਪਹਿਲਾਂ ਤੋਂ ਹੀ ਸਾਰੀਆਂ ਚੀਜ਼ਾਂ ਨੂੰ ਛਾਣ ਕੇ ਐਡ ਕਰ ਸਕਦੇ ਹੋ। ਅਤੇ ਇਹ 1/2 ਕੱਪ ਮੈਂ ਹੋਰ ਐਡ ਕਰੂੰਗੀ, ਯਾਨੀ ਕਿ 1.5 ਕੱਪ ਟੋਟਲ ਮੈਂ ਮੈਦੇ ਦਾ ਐਡ ਕਰੂੰਗੀ ਅਤੇ ਇਹਨੂੰ ਵੀ ਛਾਣ ਲੂੰਗੀ। ਹੁਣ ਜੀ 1.5 ਕੱਪ ਦੇ ਵਿੱਚ ਆਪਾਂ ਪੀਸੀ ਹੋਈ ਖੰਡ ਐਡ ਕਰਾਂਗੇ, ਜਿਹੜੀ ਆਪਾਂ ਘਰੇ ਖੰਡ ਵਰਤਦੇ ਹਾਂ ਨਾ ਉਹਨੂੰ ਮਿਕਸੀ ਦੇ ਵਿੱਚ ਬਸ ਇਸ ਤਰੀਕੇ ਨਾਲ ਪਾਊਡਰ ਬਣਾ ਲਿਓ। ਇਹ ਆਪਾਂ 1/2 ਕੱਪ ਐਡ ਕਰਾਂਗੇ ਅਤੇ ਇਹਨੂੰ ਵੀ ਛਾਣਾਂਗੇ ਆਪਾਂ। ਅਤੇ ਹੁਣ ਜੀ ਇਹ ਆਪਣੇ ਕੋਲ ਬੇਕਿੰਗ ਪਾਊਡਰ ਹੈ, ਇਹ ਆਪਣੇ ਕੋਲ 1/2 ਚਮਚ ਹੈ ਅਤੇ ਇਹਨੂੰ ਵੀ ਆਪਾਂ ਛਾਣ ਕੇ ਐਡ ਕਰਾਂਗੇ। ਅਤੇ ਆਪਣੇ ਕੋਲ ਮਿੱਠਾ ਸੋਡਾ ਜਿਹਨੂੰ ਆਪਾਂ ਖਾਣ ਵਾਲਾ ਸੋਡਾ ਵੀ ਕਹਿ ਦਿੰਦੇ ਹਾਂ, ਯਾਨੀ ਕਿ ਬੇਕਿੰਗ ਸੋਡਾ। ਇਹ ਆਪਾਂ 2 ਚੁਟਕੀਆਂ ਐਡ ਕਰਾਂਗੇ, ਜ਼ਿਆਦਾ ਨਹੀਂ ਐਡ ਕਰਨਾ। ਇਹਨੂੰ ਤੁਸੀਂ ਧਿਆਨ ਨਾਲ ਐਡ ਕਰਿਓ ਜਿੰਨਾ ਜਿੰਨਾ ਮੈਂ ਐਡ ਕੀਤਾ ਇੰਨੇ ਕੁ ਮੈਦੇ 'ਚ। 1 ਚੁਟਕੀ ਆਪਾਂ ਨਮਕ ਦੀ ਐਡ ਕਰਾਂਗੇ, ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਕੋਈ ਵੀ ਆਪਾਂ ਮਿੱਠੀ ਚੀਜ਼ ਬਣਾਉਣੀ ਆ। ਅਤੇ ਹੁਣ ਜੀ 2-3 ਚਮਚ ਆਪਾਂ ਰਿਫੈਂਡ ਤੇਲ ਦੇ ਐਡ ਕਰਾਂਗੇ ਇਹਦੇ ਵਿੱਚ। ਤੁਸੀਂ ਬਟਰ ਵੀ ਐਡ ਕਰ ਸਕਦੇ ਹੋ, ਦੇਸੀ ਘਿਓ ਜਾਂ ਡਾਲਡਾ ਘਿਓ ਵੀ ਐਡ ਕਰ ਸਕਦੇ ਹੋ। 2 ਚਮਚ ਮੈਂ ਦਹੀਂ ਦੇ ਐਡ ਕਰੂੰਗੀ, ਦਹੀਂ ਜ਼ਿਆਦਾ ਖੱਟੀ ਨਹੀਂ ਹੋਣੀ ਚਾਹੀਦੀ, ਬਿਲਕੁਲ ਫਰੈਸ਼ ਦਹੀਂ ਹੈ ਮੇਰੇ ਕੋਲ ਅਤੇ ਜ਼ਿਆਦਾ ਠੰਡੀ ਨਹੀਂ ਹੋਣੀ ਚਾਹੀਦੀ, ਰੂਮ ਟੈਂਪਰੇਚਰ ਦੀ ਹੋਣੀ ਚਾਹੀਦੀ ਹੈ। ਅਤੇ ਹੁਣ ਜੀ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਾਂ ਮਿਕਸ ਕਰ ਲਾਂਗੇ। ਇਸ ਆਟੇ ਨੂੰ ਬਹੁਤ ਹੀ ਨਰਮ ਬਣਾ ਕੇ ਤਿਆਰ ਕਰਨਾ ਆਪਾਂ, ਜ਼ਿਆਦਾ ਸਖ਼ਤ ਨਹੀਂ ਰੱਖਣਾ। ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਂਦੇ ਹੈਗੇ। ਅਤੇ ਹੁਣ ਜੀ ਇਹ ਆਪਣੇ ਕੋਲ ਹੈਗਾ ਦੁੱਧ 1/2 ਕੌਲੀ ਆਪਣੇ ਕੋਲ ਅਤੇ ਇਹ ਉਬਲਿਆ ਹੋਇਆ ਕੱਚਾ ਨੀਗਾ ਅਤੇ ਇਹ ਰੂਮ ਟੈਂਪਰੇਚਰ 'ਤੇ ਆ, ਨਾ ਠੰਡਾ ਨਾ ਗਰਮ ਹੈ। ਅਤੇ ਇਹਨੂੰ ਆਪਾਂ ਥੋੜ੍ਹਾ ਥੋੜ੍ਹਾ ਐਡ ਕਰਕੇ ਆ ਜਿਹੜਾ ਆਟੇ ਨੂੰ ਗੁੰਨਦੇ ਜਾਵਾਂਗੇ। ਅਤੇ ਇਸ ਤਰੀਕੇ ਨਾਲ ਜੀ ਆਟੇ ਨੂੰ ਆਪਾਂ ਗੁੰਨ ਲਿਆ, ਦੇਖੋ ਇੰਨਾ ਕੁ ਨਰਮ ਹੈ ਇਹ, ਇੰਨਾ ਕੁ ਹੀ ਨਰਮ ਰੱਖਣਾ ਤੁਸੀਂ, ਇਸ ਤੋਂ ਜ਼ਿਆਦਾ ਨਹੀਂ ਨਾ ਸਖ਼ਤ ਰੱਖਣਾ। ਅਤੇ ਆਪਣੇ ਕੋਲ ਇੰਨਾ ਕੁ ਦੁੱਧ ਯਾਨੀ ਕਿ 2 ਚਮਚ ਬਚ ਗਿਆ 1/2 ਕੌਲੀ 'ਚੋਂ। ਅਤੇ ਹੁਣ ਜੀ ਇਹਨੂੰ 2 ਮਿੰਟ ਹੈ ਜਿਹੜਾ ਆਪਾਂ ਵਧੀਆ ਮੁਲਾਇਮ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ। ਅਤੇ ਇਸ ਤਰ੍ਹਾਂ ਜੀ ਆਟੇ ਨੂੰ ਜਿਹੜਾ ਆਪਾਂ ਤਿਆਰ ਕਰ ਲਿਆ, ਦੇਖੋ ਇੰਨਾ ਕੁ ਨਰਮ ਹੈ ਇਹ, ਇਸ ਤੋਂ ਜ਼ਿਆਦਾ ਨਰਮ ਜਾਂ ਇਸ ਤੋਂ ਜ਼ਿਆਦਾ ਸਖ਼ਤ ਨਹੀਂ ਰੱਖਣਾ। ਅਤੇ ਹੁਣ ਜੀ ਇਹਦੇ ਉੱਪਰ ਨਾ ਆਪਾਂ 1 ਚਮਚ ਹੈ ਜਿਹੜਾ ਤੇਲ ਦਾ ਗਰੀਸ ਕਰ ਦਿਆਂਗੇ ਜਾਂ ਤੁਸੀਂ ਘਿਓ ਦਾ ਗਰੀਸ ਕਰ ਦਿਓ। ਅਤੇ ਇਹਨੂੰ 1 ਘੰਟਾ ਜੀ ਆਪਾਂ ਰੈਸਟ ਕਰਨ ਵਾਸਤੇ ਰੱਖ ਦਿੰਦੇ ਹਾਂਗੇ ਢੱਕ ਕੇ। ਅਤੇ ਇਸ ਤਰ੍ਹਾਂ ਜੀ ਆਟੇ ਨੂੰ 1 ਘੰਟਾ ਹੋ ਗਿਆ, ਇਹ ਬਿਲਕੁਲ ਤਿਆਰ ਹੈ। ਮੈਂ ਤੁਹਾਨੂੰ ਇਹਦਾ ਟੈਕਸਚਰ ਦਿਖਾ ਦਿੰਦੀ ਹਾਂ, ਦੇਖੋ ਬਿਲਕੁਲ ਹਲਕਾ ਜਾਲੀਦਾਰ ਬਣ ਗਿਆ ਵਿੱਚੋਂ, ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਆਟਾ ਹੀ ਹੋਣਾ ਚਾਹੀਦਾ। ਅਤੇ ਹੁਣ ਹਲਕੀ ਜੀ ਆਪਾਂ ਇਹਨੂੰ ਮੁੱਕੀ ਦੇਵਾਂਗੇ, ਜ਼ਿਆਦਾ ਨਹੀਂ, ਬਹੁਤ ਹੀ ਵਧੀਆ ਸੌਫਟ ਅਤੇ ਨਰਮ ਆਟਾ ਇਹ ਦੇਖੋ।
ਤੇ ਹੁਣ ਜੀ ਇਹਦੇ ਆਪਾਂ ਪੇੜੇ ਬਣਾ ਲਾਂਗੇ ਇਸ ਤਰੀਕੇ ਨਾਲ। ਇੰਨਾ ਘਾਟਾ ਲੈ ਕੇ ਤੇ ਆਪਾਂ ਇਹਦਾ ਇੱਕ ਪੇੜਾ ਕਰਾਂਗੇ। ਤੇ ਇੱਥੇ ਜੀ ਚਕਲੇ 'ਤੇ ਆਪਾਂ ਸੁੱਕਾ ਮੈਦਾ ਡਸਟ ਕਰ ਲਾਂਗੇ ਸਭ ਤੋਂ ਪਹਿਲਾਂ, ਕਿਉਂਕਿ ਆਟਾ ਬਹੁਤ ਨਰਮ ਹੈ ਇਹ, ਅਤੇ ਆਪਾਂ ਇਹਦੀ ਰੋਟੀ ਵੇਲ ਕੇ ਤਿਆਰ ਕਰਨੀ ਹੈ। ਅਤੇ ਜਿਹੜਾ ਪੇੜਾ ਬਣਾਇਆ ਸੀ ਨਾ ਇਸ ਤਰੀਕੇ ਨਾਲ ਰੱਖ ਲਾਂਗੇ, ਥੋੜ੍ਹਾ ਜਿਹਾ ਇਹਨੂੰ ਹੱਥਾਂ ਨਾਲ ਫੈਲਾ ਲਾਂਗੇ ਆਪਾਂ। ਅਤੇ ਰੋਟੀ ਹੈ ਜਿਹੜੀ ਆਪਾਂ ਪਤਲੀ ਨਹੀਂ ਵੇਲਣੀ, ਥੋੜ੍ਹੀ ਜਿਹੀ ਮੋਟੀ ਵੇਲ ਕੇ ਤਿਆਰ ਕਰਨੀ ਹੈ, ਜਿਵੇਂ ਪੀਜ਼ਾ ਬੇਸ ਆਪਾਂ ਵੇਲਦੇ ਹੁੰਦੇ ਹਾਂ ਉਸ ਤਰੀਕੇ ਨਾਲ। ਅਤੇ ਇਹਨੂੰ ਵੀ ਸੁੱਕਾ ਮੈਦਾ ਜਿਹੜਾ ਲਾ ਲਾਂਗੇ ਥੋੜ੍ਹਾ ਜਿਹਾ, ਵੀ ਆਸਾਨੀ ਨਾਲ ਰੋਟੀ ਹੈ ਜਿਹੜੀ ਵੇਲ ਸਕੀਏ। ਅਤੇ ਹੁਣ ਇਸ ਤਰੀਕੇ ਨਾਲ ਰੋਟੀ ਆਪਾਂ ਵੇਲ ਲਾਂਗੇ। ਅਤੇ ਇਸ ਤਰ੍ਹਾਂ ਜੀ ਇੱਕ ਰੋਟੀ ਆਪਾਂ ਵੇਲ ਲੈਣੀ ਹੈ। ਦੇਖੋ ਇੰਨੀ ਮੋਟੀ ਰੱਖੀ ਆਪਾਂ ਰੋਟੀ, ਜ਼ਿਆਦਾ ਪਤਲੀ ਨਹੀਂ ਵੇਲੀ। ਅਤੇ ਆਪਾਂ ਨੂੰ ਚਾਹੀਦਾ ਗਲਾਸ, ਕੋਈ ਵੀ ਤਿੱਖੀਆਂ ਕਿਨਾਰੀਆਂ ਵਾਲੀਆਂ ਛੋਟੀ ਕੌਲੀ ਵਰਤ ਲਿਓ ਤੁਸੀਂ, ਅਤੇ ਇਹਦੀ ਮਦਦ ਨਾਲ ਆਪਾਂ ਡੋਨਟ ਇਸ ਤਰੀਕੇ ਨਾਲ ਕੱਟ ਲਾਂਗੇ। ਜਿਹੜਾ ਇਹ ਐਕਸਟਰਾ ਆਟਾ ਬਚ ਗਿਆ ਨਾ, ਇਹਦਾ ਦੁਬਾਰੇ ਪੇੜਾ ਕਰਕੇ ਇਹਦੇ ਆਪਾਂ ਹੋਰ ਡੋਨਟ ਬਣਾ ਲਾਂਗੇ। ਅਤੇ ਹੁਣ ਆਪਾਂ ਨੂੰ ਕੋਈ ਵੀ ਢੱਕਣ ਜਾਂ ਇਸ ਤਰੀਕੇ ਦੀ, ਮੇਰੇ ਕੋਲ ਇਹ ਨੋਜ਼ਲ ਸੀਗੀ ਕੇਕ ਸਜਾਉਣ ਦੇ ਲਈ, ਜਿਹੜੀ ਆਪਾਂ ਕੋਣ ਨਾਲ ਕੇਕ ਸਜਾਉਣੇ ਨੇ ਉਹਦੀ ਨੋਜ਼ਲ ਸੀ, ਅਤੇ ਇਹਦੇ ਨਾਲ ਕੱਟ ਲਾਂਗੇ। ਇਸ ਤਰੀਕੇ ਨਾਲ ਡਿਜ਼ਾਇਨ ਬਣਾ ਦਿਆਂਗੇ। ਲਓ ਜੀ ਇਹ ਡੋਨਟ ਹੋ ਗਿਆ ਤਿਆਰ। ਅਤੇ ਇਸ ਤਰੀਕੇ ਨਾਲ ਜੀ ਸਾਰੇ ਡੋਨਟ ਹੈ ਜਿਹੜੇ ਆਪਾਂ ਤਿਆਰ ਕਰ ਲਏ ਆ। ਦੇਖੋ ਇੱਕ ਪਲੇਟ ਦੇ ਵਿੱਚ ਮੈਦਾ ਡਸਟ ਕਰਕੇ ਅਤੇ ਉਹਦੇ ਉੱਪਰ ਮੈਂ ਇਹਨਾਂ ਨੂੰ ਰੱਖਤਾ ਸੀਗਾ। ਅਤੇ ਹੁਣ ਜੀ ਮੀਡੀਅਮ ਫਲੇਮ 'ਤੇ ਆਪਾਂ ਤੇਲ ਗਰਮ ਕਰ ਲਿਆ, ਅਤੇ ਇੱਕ ਇੱਕ ਕਰਕੇ ਇਹਦੇ ਵਿੱਚ ਡੋਨਟ ਹੈ ਜਿਹੜੇ ਆਪਾਂ ਫਰਾਈ ਕਰ ਲਾਂਗੇ। ਆਪਾਂ ਬਿਨਾਂ ਅਵਨ ਤੋਂ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਘਰੇ ਬਣਾ ਲਾਂਗੇ। ਅਤੇ ਮੈਂ ਇਹਦੇ ਵਿੱਚ ਚਾਰ ਹੀ ਫਰਾਈ ਕਰੂੰਗੀ, ਵੀ ਥੋੜ੍ਹੀ ਇਹਨਾਂ 'ਚ ਸਪੇਸ ਹੋਵੇ, ਕਿਉਂਕਿ ਫੁੱਲਣਗੇ ਵੀ। ਹੁਣ ਸਭ ਤੋਂ ਜ਼ਰੂਰੀ ਗੱਲ ਵੀ ਆਪਣੇ ਆਪ ਇਹ ਫੁੱਲ ਗਏ, ਦੇਖੋ ਉੱਪਰ ਆਉਣਗੇ, ਤੁਸੀਂ ਇਹਨਾਂ ਨੂੰ ਬਿਲਕੁਲ ਨਹੀਂ ਹਿਲਾਉਣਾ, ਕਿਉਂਕਿ ਇੱਕ ਤਾਂ ਆਟਾ ਬਹੁਤ ਨਰਮ ਹੈ, ਫਿਰ ਇਹ ਟੁੱਟ ਜਾਣਗੇ। ਇਸ ਤਰੀਕੇ ਨਾਲ ਜਦੋਂ ਇਹ ਤੁਹਾਨੂੰ ਲੱਗਿਆ ਵੀ ਤੁਸੀਂ ਇਹਨਾਂ ਦੀ ਸਾਈਡ ਪਲਟ ਸਕਦੇ ਹੋ, ਉਦੋਂ ਹੀ ਸਾਈਡ ਪਲਟਣੀ ਹੈ, ਪਹਿਲਾਂ ਆਪਣੇ ਆਪ ਇਹਨਾਂ ਨੂੰ ਪੱਕਣ ਦਿਓ ਇਸ ਤਰੀਕੇ ਨਾਲ। ਅਤੇ ਇਸ ਤਰ੍ਹਾਂ ਜੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਵਧੀਆ ਇਹ ਫੁੱਲਣੇ ਸਟਾਰਟ ਹੋ ਗਏ ਆ। ਅਤੇ ਹੁਣ ਜੀ ਇੱਕ ਸਾਈਡ ਤੋਂ ਇਹ ਗੋਲਡਨ ਹੋ ਗਏ ਦੇਖੋ, ਅਤੇ ਆਪਾਂ ਇਹਦੀ ਸਾਈਡ ਹੈ ਜਿਹੜੀ ਪਲਟ ਦਿਆਂਗੇ, ਦੂਜੀ ਸਾਈਡ ਤੋਂ ਵੀ ਗੋਲਡਨ ਬਣਾ ਲਾਂਗੇ। ਅਤੇ ਇਹਨਾਂ ਨੂੰ ਆਪਾਂ ਹੌਲੀ ਹੌਲੀ ਪਕਾਵਾਂਗੇ, ਬਹੁਤ ਵਧੀਆ ਇਹਨਾਂ ਦਾ ਕਲਰ ਆ ਰਿਹਾ ਤੁਸੀਂ ਦੇਖ ਸਕਦੇ ਹੋ। ਅਤੇ ਇਸ ਤਰ੍ਹਾਂ ਜੀ ਸਾਰੇ ਡੋਨਟ ਹੈ ਜਿਹੜੇ ਗੋਲਡਨ ਹੋ ਗਏ, ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ, ਬਹੁਤ ਹੀ ਵਧੀਆ ਫੁੱਲ ਕੇ ਤਿਆਰ ਹੋਏ ਆ ਇਹ। ਅਤੇ ਇਹਨਾਂ ਨੂੰ ਆਪਾਂ ਇੱਕ ਪਲੇਟ 'ਚ ਕੱਢ ਕੇ ਰੱਖ ਲੈਂਦੇ ਹਾਂ। ਅਤੇ ਹੁਣ ਜੀ ਜਿਹੜੇ ਰਹਿ ਗਏ ਇਹਨਾਂ ਨੂੰ ਵੀ ਆਪਾਂ ਫਰਾਈ ਕਰ ਲੈਂਦੇ ਹਾਂ, ਕਿਉਂਕਿ ਜੇ ਆਪਾਂ ਇਹਨਾਂ ਨੂੰ ਫੁੱਲ ਫਲੇਮ 'ਤੇ ਪਕਾਵਾਂਗੇ ਜਾਂ ਫੁੱਲ ਗਰਮ ਤੇਲ ਦੇ ਵਿੱਚ ਪਕਾਵਾਂਗੇ ਨਾ, ਵਿੱਚੋਂ ਇਹ ਕੱਚੇ ਰਹਿ ਜਾਣਗੇ, ਉੱਪਰੋਂ ਜਲਦੀ ਗੋਲਡਨ ਹੋ ਜਾਣਗੇ। ਇਸ ਕਰਕੇ ਮੀਡੀਅਮ ਜਿਹੀ ਫਲੇਮ 'ਤੇ ਤੁਸੀਂ ਇਹਨਾਂ ਨੂੰ ਪਕਾਇਓ, ਅਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤੇਲ ਦੇ ਵਿੱਚ ਛੱਡ ਕੇ ਇਹਨਾਂ ਨੂੰ ਬਿਲਕੁਲ ਨਾ ਹਿਲਾਇਓ, ਆਪਣੇ ਆਪ ਇਹ ਉੱਪਰ ਆਉਣਗੇ। ਦੇਖੋ ਆਪਣੇ ਆਪ ਉੱਪਰ ਆਉਣ ਲੱਗ ਗਏ, ਬੱਚਿਆਂ ਨੂੰ ਇਹ ਬਹੁਤ ਪਸੰਦ ਆਉਂਦੇ ਆ ਅਤੇ ਵੱਡਿਆਂ ਨੂੰ ਵੀ ਸਭ ਤੋਂ ਜ਼ਿਆਦਾ ਟੇਸਟੀ ਲੱਗਦੇ ਆ। ਸੋ ਸਭ ਨੂੰ ਪਸੰਦ ਹੁੰਦੇ ਆ, ਤੁਸੀਂ ਘਰ ਦੇ ਵਿੱਚ ਇਸ ਤਰੀਕੇ ਨਾਲ ਆਸਾਨੀ ਨਾਲ ਬਣਾ ਲਓਗੇ ਬਿਨਾਂ ਆਵਨ ਤੋਂ। ਸੋ ਜ਼ਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੀ, ਬਾਅਦ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਇਸ ਤਰ੍ਹਾਂ ਜੀ ਸਾਰੇ ਡੋਨਟ ਆ ਵੀ ਬਣ ਗਏ ਆ, ਅਤੇ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਮੈਂ ਫਰਾਈ ਕਰ ਲੈਂਦੀ ਹਾਂ। ਅਤੇ ਹੁਣ ਆਪਾਂ ਇਹਨਾਂ ਨੂੰ ਸਜਾਵਾਂਗੇ, ਤੁਸੀਂ ਇਹਨਾਂ ਨੂੰ ਪੀਸੀ ਹੋਈ ਖੰਡ ਦੇ ਨਾਲ ਵੀ ਇਸ ਤਰੀਕੇ ਨਾਲ ਬਿਲਕੁਲ ਸਾਦੇ ਤਰੀਕੇ ਨਾਲ ਸਜਾਓਗੇ ਨਾ, ਬਹੁਤ ਵਧੀਆ ਲੱਗਣਗੇ, ਟੇਸਟ ਇਹਨਾਂ ਦਾ ਉਵੇਂ ਰਹੂਗਾ। ਜਾਂ ਤੁਸੀਂ ਚੌਕਲੇਟ ਨੂੰ ਮੈਲਟ ਕਰਕੇ ਚੌਕਲੇਟ ਨਾਲ ਵੀ ਸਜਾ ਸਕਦੇ ਹੋ। ਅਤੇ ਇਸ ਤਰ੍ਹਾਂ ਜੀ ਸਾਰੇ ਡੋਨਟ ਆ ਜਿਹੜੇ ਆਪਾਂ ਬਣਾ ਕੇ ਤਿਆਰ ਕਰ ਲਏ ਆ, ਅਤੇ ਹਲਕਾ ਜਿਹਾ ਆਪਾਂ ਇਹਨਾਂ ਨੂੰ ਠੰਡਾ ਕਰ ਲਾਂਗੇ। ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋਏ ਆ। ਅਤੇ ਇਸ ਤਰ੍ਹਾਂ ਜੀ ਮੈਂ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਂਦੀ ਹਾਂ, ਦੇਖੋ ਕਿੰਨੇ ਵਧੀਆ ਇਹ ਨਰਮ ਬਣ ਕੇ ਤਿਆਰ ਹੋਏ ਆ, ਬਿਲਕੁਲ ਜਿਵੇਂ ਆਪਾਂ ਬਾਜ਼ਾਰ 'ਚੋਂ ਲਿਆਉਣੇ ਹੁੰਦੇ ਆ, ਬਿਲਕੁਲ ਸਪੰਜੀ ਬਣ ਕੇ ਤਿਆਰ ਹੋਏ ਆ ਟੈਕਸਚਰ, ਤੁਸੀਂ ਦੇਖ ਸਕਦੇ ਹੋ।
ਤਾਂ ਇੱਥੇ ਜੀ ਮੈਂ ਚੋਕਲੇਟ ਨੂੰ ਮੈਲਟ ਕਰ ਲਿਆ ਸੀ। ਇਹ ਮੇਰੇ ਕੋਲ ਡਰਾਈ ਫਰੂਟ ਵਾਲੀ ਚੋਕਲੇਟ ਸੀਗੀ, ਤੁਸੀਂ ਕੋਈ ਵੀ ਚੋਕਲੇਟ ਵਰਤ ਸਕਦੇ ਹੋ। ਅਤੇ ਹੁਣ ਜੀ ਇੱਕ ਡੋਨਟ ਇਸ ਤਰੀਕੇ ਨਾਲ ਆਪਾਂ ਉਠਾਵਾਂਗੇ ਅਤੇ ਇਹਨੂੰ ਇਹਦੇ ਵਿੱਚ ਇਸ ਤਰੀਕੇ ਨਾਲ ਡਿਪ ਕਰਾਂਗੇ। ਅਤੇ ਇਸ ਤਰੀਕੇ ਨਾਲ ਜੀ ਦੇਖੋ ਬਿਲਕੁਲ ਇਹ ਤਿਆਰ ਹੋ ਗਿਆ। ਅਤੇ ਇਸ ਤਰੀਕੇ ਨਾਲ ਜੀ ਸਾਰਿਆਂ 'ਤੇ ਆਪਾਂ ਚੋਕਲੇਟ ਦੀ ਕੋਟਿੰਗ ਕਰ ਲਈ ਹੈ ਦੇਖੋ। ਅਤੇ ਹੁਣ ਚੋਕਲੇਟ ਜਦੋਂ ਨਾ ਇਸ ਤਰੀਕੇ ਨਾਲ ਮਤਲਬ ਠੰਡੀ ਨਾ ਹੋਈ, ਠੰਡੀ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨਾਂ ਨੂੰ ਸਜਾ ਦਿਓ। ਵੀ ਜਿਵੇਂ ਹੁਣ ਮੇਰੇ ਕੋਲ ਇੱਥੇ ਡਰਾਈ ਫਰੂਟ ਵੀ ਹੈਗੇ, ਇਹਨਾਂ ਨੂੰ ਬ੍ਰੇਕ ਕੱਟ ਲਿਆ, ਇਹ ਕਾਜੂ ਦੇ ਬਦਾਮ ਹੈ, ਤੁਸੀਂ ਇਹ ਵੀ ਐਡ ਕਰ ਸਕਦੇ ਹੋ। ਪਰ ਮੇਰੇ ਕੋਲ ਚੋਕਲੇਟ ਹੈ ਜਿਹੜੀ ਉਹ ਡਰਾਈ ਫਰੂਟਾਂ ਵਾਲੀ ਸੀਗੀ, ਇਹਨਾਂ ਨਾਲ ਵੀ ਤੁਸੀਂ ਇਸ ਤਰੀਕੇ ਨਾਲ ਇਹਨੂੰ ਗਾਰਨਿਸ਼ ਕਰ ਸਕਦੇ ਹੋ। ਅਤੇ ਥੋੜ੍ਹੀ ਜਿਹੀ ਮੇਰੇ ਕੋਲ ਇਸ ਤਰੀਕੇ ਨਾਲ ਜੀ ਇਹ ਰੇਨਬੋ ਸਪ੍ਰਿੰਕਲ ਆ ਗਏ, ਜਿਹਦੇ ਨਾਲ ਆਪਾਂ ਕੇਕ ਵੀ ਸਜਾਉਣੇ ਹੁੰਦੇ ਹਾਂ, ਅਤੇ ਇਸ ਤਰੀਕੇ ਨਾਲ ਇਹ ਸਜਾ ਦਿਆਂਗੇ। ਇਹ ਵੀ ਬਾਜ਼ਾਰ 'ਚੋਂ ਬਹੁਤ ਆਸਾਨੀ ਨਾਲ ਮਿਲ ਜਾਂਦੇ ਆ। ਜਦੋਂ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਸਜਾ ਕੇ ਬੱਚਿਆਂ ਨੂੰ ਦਿਓਗੇ ਨਾ, ਤਾਂ ਬੱਚੇ ਖੁਸ਼ ਹੋ ਜਾਣਗੇ। ਅਤੇ ਇਸ ਤਰੀਕੇ ਨਾਲ ਜੀ ਸਾਰੇ ਡੋਨਟ ਆ ਜਿਹੜੇ ਆਪਾਂ ਸਜਾ ਕੇ ਤਿਆਰ ਕਰ ਲਏ ਆ। ਅਤੇ ਇਸ ਤਰ੍ਹਾਂ ਜੀ ਸਾਰੇ ਡੋਨਟ ਬਣ ਕੇ ਹੋ ਗਿਆ ਤਿਆਰ, ਬਹੁਤ ਹੀ ਟੇਸਟੀ ਲੱਗਦੇ ਆ। ਤੁਸੀਂ ਜ਼ਰੂਰ ਇਸ ਰੈਸਪੀ ਨੂੰ ਇਸ ਤਰੀਕੇ ਨਾਲ ਘਰੇ ਬਣਾਇਓ। ਅਤੇ ਇਸ ਤਰ੍ਹਾਂ ਜੀ ਸਾਰੇ ਡੋਨਟ ਆਪਾਂ ਬਣਾ ਕੇ ਸਜਾ ਲਏ ਆ। ਤੁਸੀਂ ਇਹਨਾਂ ਨੂੰ ਬਣਾ ਕੇ ਫਰਿੱਜ 'ਚ ਰੱਖ ਸਕਦੇ ਹੋ ਅਤੇ ਬਹੁਤ ਹੀ ਟੇਸਟੀ ਲੱਗਦੇ ਆ ਇਹ। ਅਤੇ ਬਾਜ਼ਾਰ ਵਾਲੇ ਜ਼ਿਆਦਾ ਆਪਾਂ ਨੂੰ ਸਮਾਨ ਦੀ ਬਿਲਕੁਲ ਜ਼ਰੂਰਤ ਨਹੀਂ, ਘਰ ਦੇ ਵਿੱਚ ਜੋ ਸਮਾਨ ਹੁੰਦਾ ਨਾ ਬਸ ਉਹਦੇ ਨਾਲ ਹੀ ਤੁਸੀਂ ਤਿਆਰ ਕਰ ਲਓਗੇ। ਅਤੇ ਚਲੋ ਜੀ ਫਿਰ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਘਰੇ ਟਰਾਈ ਕਰਿਓ। ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ, ਤੁਸੀਂ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।